ਨਿਤਰੀ ਕਿਹੜੇ ਤੁਹਾਡੇ ਬੇਟਾ ਕਿਹੜੀ ਕਲਾਸ ਵਿੱਚ ਪੜਦਾ ਕੀ ਹੋਇਆ ਸੀ ਨਰਸਰੀ ਚ ਜੀ ਪੜਦਾ ਹੀ ਕੀ ਹੋਇਆ ਸੀਗਾ ਜੀ ਉਸ ਦਿਨ ਜੀ ਮੇਰਾ ਬੇਟਾ ਨਾ ਬਿਮਾਰ ਸੀਗਾ ਮੈਂ ਨਾ ਮੈਡੀਸਿਨ ਦੇ ਕੇ ਭੇਜਿਆ ਸੀ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਨੂੰ ਤੇ ਉਹ ਕਿਤੇ ਸੋ ਗਿਆ ਹੋਣਾ ਜੀ ਕਲਾਸ 'ਚ ਮੈਡਮਾਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਸੀਗਾ ਬੱਚਾ ਅੰਦਰ ਹੈ ਦਫ਼ਤਰ ਖੋਲੋ ਇੱਕ ਮਿੰਟ ਦਫ਼ਤਰ ਖੋਲ ਕੇ ਖੁੱਲੇਗਾ ਲਿਆਓ ਮੈਡਮ ਦਫ਼ਤਰ ਖੋਲ ਕੇ ਲਿਆਓ ਟੇਬਲ ਦੇ ਦਰਾਜ ਚ ਹੋਣੀ ਪਈ ਦੇਖੋ ਆਪਣਾ ਬੱਚਾ ਬੰਦ ਹੋਵੇ ਤੇ ਮਾਂ ਤਾਂ ਮਰਨ ਵਾਲੀ ਹੋ ਜਾਂਦੀ ਹੈ ਆਈ ਹੈ ਇੱਟ ਤਾਂ ਉੱਪਰ ਮਾਰੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨੀਤਾ ਜੀ ਅਨੀਤਾ ਜੀ ਕਿਹੜੇ ਤੁਹਾਡੇ ਬੇਟਾ ਕਿਹੜੀ ਕਲਾਸ ਵਿੱਚ ਪੜਦਾ ਕੀ ਹੋਇਆ ਸੀ ਨਰਸਰੀ ਚ ਜੀ ਪੜਦਾ ਜੀ ਅੱਛਾ ਕੀ ਹੋਇਆ ਸੀਗਾ ਜੀ ਉਸ ਦਿਨ ਉਸ ਦਿਨ ਜੀ ਮੇਰਾ ਬੇਟਾ ਨਾ ਬਿਮਾਰ ਸੀਗਾ ਮੈਂ ਨਾ ਮੈਡੀਸਿਨ ਦੇ ਕੇ ਭੇਜਿਆ ਸੀ ਮੈਂ ਪਹਿਲਾਂ ਵੀ ਦੱਸਿਆ ਇਹਨਾਂ ਨੂੰ ਤੇ ਉਹ ਕਿਤੇ ਸੋ ਗਿਆ ਹੋਣਾ ਜੀ ਕਲਾਸ 'ਚ ਮੈਡਮਾਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਸੀਗਾ ਬੱਚਾ ਅੰਦਰ ਹੈ ਤੇ ਚਲੋ ਜੀ ਮੈਨੂੰ ਘਰ ਤੋਂ ਫੋਨ ਆਇਆ ਮੈਂ ਘਰ ਤੋਂ ਆਈ ਫਿਰ ਅੱਧੇ ਘੰਟੇ ਬਾਅਦ ਐਕਚੁਲੀ ਹਜੇ ਮੈਡਮਾਂ ਉਰੇ ਸੀਗੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਸੀ ਬੱਚਾ ਅੰਦਰ ਹੈ ਉਹ ਜਦ ਉਹਨਾਂ ਨੇ ਗੇਟ ਗੂਟ ਲਗਾਉਣਾ ਸ਼ੁਰੂ ਕੀਤਾ ਜੀ ਬੱਚੇ ਨੂੰ ਖੜਕਾ ਸੁਣਿਆ ਉਹ ਉੱਠ ਕੇ ਰੋਣ ਲੱਗ ਗਿਆ ਫਿਰ ਅਸੀਂ ਗੇਟ ਗੂਟ ਖੁਲਵਾਏ ਫਿਰ ਤਾਂ ਬੱਚਾ ਬਾਹਰ ਨਿਕਲਿਆ ਜੀ ਜਦੋਂ ਬੱਚਾ ਰੋਸ ਤੋਂ ਸੂਰੀ ਸੀ ਉਦੋਂ ਹਾਂਜੀ ਮੈਂ ਉਰੀ ਸੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਬੱਚਾ ਅੰਦਰ ਰਹਿ ਗਿਆ ਬੱਚਾ ਜੀ ਮੈਨੂੰ ਘਰ ਤੋਂ ਫੋਨ ਆਇਆ ਸੀਗਾ ਜੀ ਕਿੰਨਾ ਦਾ ਆਇਆ ਸੀ ਮੇਰੇ ਸੱਸ ਦਾ ਵੀ ਫੋਨ ਆਇਆ ਸੀਗਾ ਜੀ ਉਹਨਾਂ ਨੂੰ ਕਿੰਨੇ ਨੇ ਤਲਾਕ ਦਿੱਤੀ ਸੀ ਉਹਨਾਂ ਨੂੰ ਜੀ ਮੇਰੀ ਨਾ ਬੇਟੀ ਨਾਲ ਹੀ ਜਾਂਦੀ ਹੈ ਜੀ ਆਟੋ 'ਚ ਇਕੱਠੇ ਜਾਂਦੇ ਆ ਮੇਰੇ ਬੱਚੇ ਤਿੰਨੋਂ ਦੋਏ ਅਤੇ ਫਿਰ ਉਹਨਾਂ ਨੂੰ ਫੋਨ ਕਰਕੇ ਦੱਸਿਆ ਮੈਨੂੰ ਵੀ ਬੇਟਾ ਘਰ ਨਹੀਂ ਆਇਆ ਕਿੰਨੇ ਕੁ ਵਜੇ ਛੁੱਟੀ ਹੁੰਦੀ ਸੀ ਵੱਡੀ ਬੇਟੀ ਨੂੰ 3 ਵਜੇ ਛੁੱਟੀ ਹੁੰਦੀ ਹੈ ਜੀ ਉਹਨਾਂ ਨੂੰ ਅੱਛਾ ਜੀ ਅਤੇ ਛੋਟੇ ਬੱਚੇ ਨੂੰ ਇਹਨੂੰ ਵੀ ਮਤਲਬ ਇਹਨੂੰ 12 ਵਜੇ ਹੋ ਜਾਂਦੀ ਹੈ ਜੀ ਛੁੱਟੀ 3-4 ਘੰਟੇ ਬੰਦ ਰਹੇ ਅੰਦਰ ਨਹੀਂ ਨਹੀਂ ਇਹ ਮੈਡਮ ਨਾ 3 ਵਜੇ ਤੱਕ ਮੇਰੇ ਬੇਟੇ ਕਰਕੇ ਨਹੀਂ ਬੈਠੇ ਰਹਿੰਦੇ ਨੇ ਕਲਾਸ ਖੋਲ੍ਹੀ ਰੱਖਦੇ ਆ ਜੀ ਹਾਂਜੀ ਕਿਉਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਜੀ ਮੈਂ ਕਰਦੀ ਡਿਊਟੀ ਇਸ ਕਰਕੇ ਮੇਰਾ ਬੇਟਾ ਮੈਡਮਾਂ ਦੀ ਨਿਗਰਾਨੀ 'ਚ ਹੀ ਹੁੰਦਾ ਜੀ ਅਤੇ ਇਸ ਕਰਕੇ ਨਾ ਤਾਂ ਰਹਿ ਗਿਆ ਸੀ ਉਹ ਅੰਦਰ ਵੀ ਉਹ ਬਿਮਾਰ ਸੀਗਾ ਉਹਦੇ ਨੂੰ ਮੈਡੀਸਿਨ ਦੇ ਕੇ ਭੇਜਿਆ ਸੀ ਮੈਂ ਉਹ ਸੋ ਗਿਆ ਜੀ ਅਤੇ ਹੁਣ ਜਿਵੇਂ ਅੰਦਰ ਬੰਦ ਰਹਿ ਗਏ ਸੀ ਟੀਚਰਾਂ ਨੇ ਗਲਤੀ ਨਾਲ ਬੰਦ ਕਰਤਾ ਸੀਗਾ ਇਹਦੇ 'ਚ ਤੁਸੀਂ ਕਿਹਦੀ ਗਲਤੀ ਮੰਨਦੇ ਹੋ ਦੇਖੋ ਜੀ ਗਲਤੀ ਤਾਂ ਮੇਰੀ ਵੀ ਹੈ ਜੀ ਵੀ ਜਿਹੜਾ ਮੈਂ ਆਪਣੇ ਬੱਚੇ ਨੂੰ ਲੈ ਕੇ ਨਹੀਂ ਜਾਂਦੀ ਜੀ 12 ਵਜੇ 12 ਵਜੇ ਛੁੱਟੀ ਹੋ ਜਾਂਦੀ ਆ ਠੀਕ ਹੈ ਜੀ ਅਤੇ ਗਲਤੀ ਹੈਗੀ ਆਟੋ ਵਾਲੇ ਦੀ ਵੀ ਵੀ ਉਹਨੇ ਮੈਨੂੰ ਫੋਨ ਕਰਕੇ ਪੁੱਛਿਆ ਮੈਡਮਾਂ ਦੀ ਆਪਾਂ ਗਲਤੀ ਨਹੀਂ ਕੱਢ ਸਕਦੇ ਜੀ ਹਾਂਜੀ
ਸਿਚੁਏਸ਼ਨ ਦੱਸੋ ਜਿਹੜੀ ਇੱਕ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੋਈ ਹੈ ਜਿੱਥੇ ਚ ਬੱਚਾ ਅੰਦਰ ਰਹਿ ਗਿਆ ਸਕੂਲ ਦਾ ਬੋਰਡ ਆਪਣਾ ਹੈਗਾ ਕੀ ਮੈਟਰ ਸੀ ਸਾਰਾ ਬੱਚਾ ਐਕਚੁਅਲੀ ਨਾ ਉਹਨਾਂ ਬੱਚਿਆਂ ਦਾ ਪ੍ਰੀ ਪ੍ਰਾਇਮਰੀ ਵਾਲੇ ਬੱਚਿਆਂ ਦਾ ਟਾਈਮ ਹੈਗਾ 12:30 ਵਜੇ ਛੁੱਟੀ ਦਾ ਪਰ ਚਲੋ ਬੱਚੇ ਸਾਡੇ ਕੋਲ ਬੈਠੇ ਰਹਿੰਦੇ ਆ ਇਹ ਬੱਚਾ ਜਿਹੜਾ 2:45 ਵਜੇ ਆਟੋ 'ਤੇ ਜਾਂਦਾ ਇਹ ਉਸ ਦਿਨ ਬਿਮਾਰ ਸੀਗਾ ਇਹਨੂੰ ਮੈਡੀਸਨ ਦਿੱਤੀ ਹੋਈ ਸੀਗੀ ਅਤੇ ਇਹ ਕਲਾਸ ਦੇ ਵਿੱਚ ਸੋ ਗਿਆ ਅਤੇ ਜਦੋਂ ਹੀ ਟੀਚਰਸ ਨੇ ਤਾਲੇ ਲਗਾ ਕੇ ਬਾਹਰ ਆਏ ਨੇ ਕਮਰੇ ਨੂੰ ਕਿਉਂਕਿ ਸਾਡੇ ਕੋਲ ਕੋਈ ਕਲਾਸ 4 ਨਹੀਂ ਹੈ ਸਰਕਾਰੀ ਸਕੂਲ ਹੈ ਕਲਾਸ 4 ਕੋਈ ਨਹੀਂ ਹੈ ਤਾਲੇ ਵੀ ਟੀਚਰਸ ਆਪ ਹੀ ਲਗਾਉਂਦੇ ਹੈ ਅਤੇ ਟੀਚਰਸ ਦੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਉਹ ਆਪ ਹੀ ਦੇਖ ਕੇ ਚੈੱਕ ਕਰਕੇ ਤਾਲੇ ਲਗਾਉਂਦੇ ਨੇ ਉਹਨਾਂ ਨੇ ਬੜੇ ਆਰਾਮ ਨਾਲ ਜਿਵੇਂ ਰੋਜ਼ ਕੰਮ ਕਰਦੇ ਨੇ ਤਾਲੇ ਲਗਾਏ ਨੇ ਤਾਲੇ ਲਗਾ ਕੇ ਜੇ ਉਹ ਬਾਹਰ ਆਏ ਨੇ ਗੇਟ ਤੱਕ ਗੇਟ ਬੰਦ ਹੋਇਆ ਉਹ ਬੱਚੇ ਦੀ ਜਾਗ ਖੁੱਲ੍ਹੀ ਹੈ ਉਹਦੀ ਰੋਣ ਦੀ ਆਵਾਜ਼ ਆਈ ਤਾਂ ਸਾਡੇ ਟੀਚਰਸ ਨੇ ਹੀ ਤਾਲੇ ਵਾਪਸ ਖੋਲ੍ਹ ਕੇ ਉਹ ਬੱਚੇ ਨੂੰ ਬਾਹਰ ਕੱਢਿਆ ਇਹਦਾ ਮੀਨ ਟਾਈਮ ਬੱਚੇ ਦੀ ਮਦਰ ਵੀ ਆ ਗਈ ਸੀ ਅਤੇ ਤੁਹਾਡੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਉਹੀ ਸੀਨ ਹੈ ਉਹਦੇ ਵਿੱਚ ਪਰ ਬੜੀ ਮਾੜੀ ਗੱਲ ਹੈ ਬੜੀ ਸ਼ਰਮਨਾਕ ਗੱਲ ਹੈ ਵੀ ਆਹ ਜਿਹੜੀ ਵੀਡੀਓ ਇਸ ਤਰੀਕੇ ਨਾਲ ਵਾਇਰਲ ਹੋਈ ਹੈ ਇਹ ਜਰਾ ਦੀ ਗੱਲ ਨੂੰ ਸਕੂਲ ਦੀ ਜਿਹੜੀ ਪਰਸਨਲ ਗੱਲ ਹੈ ਕੋਈ ਐਡਾ ਵੱਡਾ ਮੈਟਰ ਹੀ ਨਹੀਂ ਹੈ ਬੱਚੇ ਦੀ ਮਦਰ ਸੈਟਿਸਫਾਈਡ ਹੈ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ ਅਤੇ ਫਿਰ ਇੰਨਾ ਬਵਾਲ ਖੜਾ ਕੀਤਾ ਗਿਆ ਹੈ ਇਹ ਬੜੀ ਗਲਤ ਗੱਲ ਹੈ ਨਹੀਂ ਮੇਰੇ ਕੋਲ ਅਜੇ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਕਲੂ ਨਾ ਮੈਨੂੰ ਮੌਕਾ ਹੀ ਮਿਲਿਆ ਹੈ ਇਹਨੂੰ ਚੈੱਕ ਕਰਨ ਦਾ ਕਿਉਂਕਿ ਉਹਦੇ ਵੀਡੀਓ ਜਿਹੜੀ ਆ ਮੈਂ ਤੁਹਾਡੇ ਰਾਹੀਂ ਦੇਖੀ ਹੈ ਮੇਰੇ ਕੋਲ ਪਰਸਨਲੀ ਨਹੀਂ ਸੀ ਆਈ ਹੈਗੀ ਜਿਹੜਾ ਟੀਚਰਾਂ ਵੱਲੋਂ ਕੁਝ ਹੋਇਆ ਹੁੰਦਾ ਤੁਸੀਂ ਕੋਈ ਕਾਰਵਾਈ ਵਗੈਰਾ ਕੁਝ ਕਰੋਗੇ ਜਾਂ ਹਾਂ ਟੀਚਰਸ ਨੂੰ ਮੈਂ ਤੋਂ ਜਵਾਬਦਾਰੀ ਵੀ ਕੀਤੀ ਹੈ ਜਿਹੜੇ ਇੰਚਾਰਜ ਸੀਗੇ ਕਲਾਸ ਟੀਚਰਸ ਉਹਨਾਂ ਤੋਂ ਜਵਾਬਦਾਰੀ ਵੀ ਕੀਤੀ ਹੈ ਉਹਨਾਂ ਤੋਂ ਜਵਾਬ ਜ਼ਰੂਰ ਲਿਆਏ ਕਿ ਵੀ ਇਹ ਕਿਵੇਂ ਹੋ ਗਈ ਅਣਗਹਿਲੀ ਬਾਕੀ ਉਹਨਾਂ ਦੇ ਵੀ ਇਹੀ ਬਿਆਨ ਹੈ ਕਿ ਵੀ ਬੱਚੇ ਦੀ ਮਦਰ ਸਾਨੂੰ ਦੱਸ ਕੇ ਹੀ ਨਹੀਂ ਗਈ ਕਿ ਇਹ ਬੱਚਾ ਬਿਮਾਰ ਹੈ ਜੇ ਉਹਨਾਂ ਨੂੰ ਪਤਾ ਹੁੰਦਾ ਜਦੋਂ ਨੋਟਿਸ 'ਚ ਹੁੰਦੀ ਇਹ ਗੱਲ ਕਿ ਬੱਚਾ ਬਿਮਾਰ ਹੈ ਤਾਂ ਉਹ ਜੀ ਉਸ ਤਰੀਕੇ ਨਾਲ ਟੇਕ ਕੇਅਰ ਕਰਦੇ ਉਹਨੂੰ ਧਿਆਨ 'ਚ ਰੱਖਦੇ ਉਸ ਜਿੰਦਗੀ ਤਾਂ ਤੁਸੀਂ ਦੇਖਦੇ ਕਿ ਜੇ ਨਾ ਵੀ ਭਲੇ ਟੀਚਰ ਤੁਹਾਡੇ ਤੁਸੀਂ ਲੋਕ ਘਰ ਹੋ ਤਾਂ ਕਲਾਸ ਰੂਮ ਜਾ ਜਾਵੇ ਕਿ ਮਤਲਬ ਬੱਚਾ ਅੰਦਰ ਰਹਿ ਗਿਆ ਤਾਂ ਟੀਚਰ ਦੀ ਗਲਤੀ ਨਹੀਂ ਹੋਈ ਨਹੀਂ ਗਲਤੀ ਜ਼ਰੂਰ ਹੈਗੀ ਗਲਤੀ ਹੈਗੀ ਹੈ ਇਹਦੇ ਲਈ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਹੈ ਡਾਂਟਿਆ ਹਦਾਇਤ ਕੀਤੀ ਗਈ ਹੈ ਦੁਬਾਰਾ ਕਿ ਅੱਗੋਂ ਤੋਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਧਿਆਨ ਨਾਲ ਲਿਆ ਜਾਵੇ ਸੀਰੀਅਸਲੀ ਲਿਆ ਜਾਵੇ ਮੈਟਰ ਬਹੁਤ ਸੀਰੀਅਸ ਹੈ ਕਿ ਉਹ ਬੱਚੇ ਦੇ ਨਾਲ ਕਿਸੇ ਦਾ ਨਾਲ ਵੀ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਬੱਚਾ ਦਾ ਨਾਮ ਕਿਸੇ ਕਿਹੜੀ ਕਲਾਸ ਵਿੱਚ ਸੀ ਅਮਨ ਹੈ ਜੀ ਪ੍ਰੀ ਪ੍ਰਾਇਮਰੀ ਨਰਸਰੀ ਕਲਾਸ ਦਾ ਬੱਚਾ